ਆ ਦੇਖੋ ਪਲਾਂਟ ਦੇ ਇਹ ਸਭ ਅਸਲੀ ਹੈ ਅਸਲੀ ਜੇ ਤੁਸੀਂ ਲਗਾਉਣੇ ਹੋਣ ਉਹ ਕਿਆ ਵਾਹ ਇਹ ਰੀਅਲ ਅਸਲੀ ਬੂਟੇ ਆ ਉਹ ਵਾਹ ਉਹ ਵਾਹ ਅਗਰ ਤੁਸੀਂ ਘਰ 'ਚ ਲਗਾਉਣੇ ਹੋਣ ਵੱਲੇ 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 ਲਓ ਜੀ ਹੁਣ ਤੁਹਾਨੂੰ ਫਲਾਵਰ ਦਿਖਾਉਂਦੇ ਹਾਂ ਕਿਆ ਬਾਤ ਹੈ ਜੀ ਕਿਆ ਬਾਤ ਹੈ ਇਹ ਤੁਸੀਂ ਬਾਸਕਿਟਾਂ ਦੇ ਵਿੱਚ ਫਲਾਵਰ ਨੇ ਇਹ ਤੁਸੀਂ ਆਪਣੇ ਘਰ ਦੇ ਵਿੱਚ ਲਗਾਉਣੇ ਨੇ ਲਗਾਉਣੇ ਨੇ ਅਗਰ ਤਾਂ ਕਿਆ ਬਾਤ ਔਰ ਇੱਥੇ ਅਸਲੀ ਫੁੱਲਾਂ ਦੇ ਵਿੱਚ ਅਗਰ ਤੁਸੀਂ ਨਕਲੀ ਵੀ ਲਿਆ ਕੇ ਰੱਖ ਦਿਓ ਨਾ ਤਾਂ ਵੀ ਉਹਨਾਂ ਨਕਲੀ ਅਸਲੀਆਂ ਦਾ ਫਰਕ ਨਹੀਂ ਪਤਾ ਲੱਗਣਾ ਇੰਨੀਆਂ ਸੋਹਣੀਆਂ ਬਾਸਕਿਟਾਂ ਆ ਦੇਖ ਇਕੱਲੇ ਇਕੱਲੇ ਦਾ ਪ੍ਰਾਈਜ਼ ਲੱਗਿਆ ਹੋਇਆ ਛੋਟੀਆਂ ਬੜੀਆਂ ਹਰ ਤਰ੍ਹਾਂ ਦੀਆਂ ਹੈ ਨਾ ਔਰ ਇਹਨਾਂ ਦੀ ਸਮੈਲ ਮੈਂ ਮਹਿਸੂਸ ਕਰ ਰਿਹਾ ਕੈਮਰੇ 'ਚ ਨਹੀਂ ਆਉਣਾ ਆ ਲਓ ਹੁਣ ਆ ਛੋਟੇ ਪਲਾਂਟ ਆ ਬੱਲੇ 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 ਬਹੁਤ ਹੀ ਸ਼ਾਨਦਾਰ ਚੀਜ਼ਾਂ ਜੀ ਅਤੇ ਤੁਸੀਂ ਆਪਣੇ ਘਰ ਦੀ ਸੁੰਦਰਤਾ ਵਧਾਉਣੀ ਹੈ ਜਿੱਦਾਂ ਮੈਂ ਕਹਿੰਦਾ ਨਰਸਰੀਆਂ ਤਾਂ ਅਸੀਂ ਆਪਣੀਆਂ ਵੀ ਦੇਖੀਆਂ ਪਰ ਸਾਡੀਆਂ ਨਰਸਰੀਆਂ ਇਹਨਾਂ ਦੇ ਮੁਕਾਬਲੇ ਜੀਰੋ ਵੀ ਨਹੀਂ ਹੈ ਜੀਰੋ ਜਿਹਨੂੰ ਕਹਿੰਦੇ ਮੈਂ ਕਹਿੰਦਾ ਕੈਨੇਡਾ ਦਾ ਹਰ ਤਰ੍ਹਾਂ ਦਾ ਫਲਾਵਰ ਇੱਥੇ ਹੋਣਾ ਕੈਨੇਡਾ ਦੀ ਹਰ ਤਰ੍ਹਾਂ ਦਾ ਇੱਥੇ ਜੜੀ ਬੂਟੀ ਹੋਣੀ ਹੈ ਹੈ ਈਵਨ ਕਿ ਡੋਡਿਆਂ ਦੇ ਵੀ ਬੂਟੇ ਫੁੱਲਾਂ ਦੇ ਇੱਥੇ ਹੋਣੇ ਹੈ ਅਤੇ ਆਹ ਦੇਖੋ ਜੀ ਬਸ ਆਹ ਦੇਖੋ ਉੱਪਰੋਂ ਛਾਤੇ ਦੀ ਜਿੰਨੀਆਂ ਸਿਫਤਾਂ ਕਰੀਏ ਉਨੀਆਂ ਥੋੜ੍ਹੀਆਂ ਕੈਨੇਡਾ ਕੈਨੇਡਾ ਹੀ ਹੈ ਉਹ ਵਿੱਚ ਉਹਨਾਂ ਨੇ ਦੂਆ ਵੀ ਠੋਕਿਆ ਵਾ ਡਾਇਨਾਸੌਰ ਵਰਿੰਦਰ ਇੱਧਰ